ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ ਸਭ ਦਾ? ਉਮੀਦ ਕਰਦੀ ਹਾਂ ਵਧੀਆ ਹੋਵੋਗੇ। ਅੱਜ ਮੈਂ ਬਣਾਉਣ ਜਾ ਰਹੀ ਹਾਂ ਵੈਜੀ ਸੈਂਡਵਿਚ। ਤੁਸੀਂ ਵੀ ਇਹ ਸੈਂਡਵਿਚ ਜ਼ਰੂਰ ਟਰਾਈ ਕਰਿਓ ਅਤੇ ਆਪਣੀ ਫੈਮਿਲੀ ਨੂੰ ਵੀ ਸਰਵ ਕਰਿਓ। ਇਹਦੇ ਵਾਸਤੇ ਆਪਾਂ ਇੱਕ ਖੀਰਾ ਚੌਪ ਕਰ ਲਾਂਗੇ ਅਤੇ ਮੈਂ ਪਹਿਲਾਂ ਹੀ ਟਮਾਟਰ ਚੌਪ ਕਰਕੇ ਰੱਖੇ ਸਨ, ਤੁਸੀਂ ਦੇਖ ਸਕਦੇ ਹੋ। ਇੱਕ ਪਿਆਜ਼ ਫੋਰ ਦਾ ਕ੍ਰਿਸਪੀਨੈਸ ਐਂਡ ਥੋੜ੍ਹੀਆਂ 4-5 ਹਰੀਆਂ ਮਿਰਚਾਂ, ਜਿੰਨੀਆਂ ਤਿੱਖੀਆਂ ਆ ਉਹਦੇ ਅਕੋਰਡਿੰਗ ਕੱਟ ਲੈ ਲਓ। ਜੇ ਘੱਟ ਤਿੱਖੀ ਆ ਤਾਂ ਜ਼ਿਆਦਾ ਲੈ ਲਓ। ਉਹਨਾਂ ਨੂੰ ਵੀ ਚੌਪ ਕਰ ਲਿਆ ਸੀ, ਕੱਟ ਲਿਆ ਬਰੀਕ ਬਰੀਕ, ਚਾਰੇ ਚੀਜ਼ਾਂ ਕੱਟ ਕੇ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਸਵਾਦ ਦੇ ਅਨੁਸਾਰ ਨਮਕ ਪਾ ਲਿਆ। ਦੈਨ ਅਸੀਂ ਐਡ ਕਰਾਂਗੇ ਇਹਦੇ ਵਿੱਚ ਲਾਲ ਮਿਰਚ ਥੋੜ੍ਹੀ ਜਿਹੀ, ਐਂਡ ਫਿਰ ਅਸੀਂ ਐਡ ਕਰਾਂਗੇ ਇਹਦੇ ਵਿੱਚ ਥੋੜ੍ਹੀ ਜਿਹੀ ਕਾਲੀ ਮਿਰਚ ਜੋ ਕਿ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ, ਅਤੇ ਫਿਰ ਔਨ ਦ ਟੋਪ ਆਫ ਦੈਟ ਅਸੀਂ ਥੋੜ੍ਹੀ ਜਿਹੀ ਕੈਚਅਪ ਐਡ ਕਰ ਲਾਂਗੇ। ਮਿਓਨੀਜ਼ ਮੈਂ ਇੱਥੇ ਸਕਿੱਪ ਕੀਤੀ ਹੈ ਬਿਕੋਜ਼ ਵੀ ਆਰ ਗੋਇੰਗ ਟੂ ਮੇਕ ਅ ਹੈਲਦੀ ਬ੍ਰੇਕਫਾਸਟ। ਮੈਂ ਇਸ ਸੈਂਡਵਿਚ ਨੂੰ ਪਰਸਨਲੀ ਬ੍ਰੇਕਫਾਸਟ ਦੇ ਟਾਈਮ 'ਤੇ ਲੈਂਦੀ ਹਾਂ, ਐਂਡ ਹੈਲਦੀ ਬਿਕੋਜ਼ ਆਪਾਂ ਇਹਨੂੰ ਹੋਲ ਵੀਟ ਬ੍ਰੈਡ 'ਤੇ ਬਣਾਵਾਂਗੇ। ਗਰਮ ਤਵੇ 'ਤੇ ਫਿਰ ਅਸੀਂ ਹੋਲ ਵੀਟ ਬ੍ਰੈਡ ਦੇ ਉੱਪਰ ਮੱਖਣ ਲਾਵਾਂਗੇ। ਦੈਟਸ ਆਲਸੋ ਹੈਲਦੀ ਫੈਟ ਫੋਰ ਦਾ ਮੋਰਨਿੰਗ, ਐਂਡ ਸਾਡੇ ਕੋਲ ਵੈਜੀਸ ਵੀ ਹੋ ਗਈਆਂ ਸਾਰੀਆਂ, ਐਂਡ ਸਾਡੇ ਤੋਂ ਪ੍ਰੋਟੀਨ ਵੀ ਹੋ ਗਿਆ ਬਿਕੋਜ਼ ਵੀ ਆਰ ਯੂਜਿੰਗ ਦਾ ਹੋਲ ਵੀਟ ਬ੍ਰੈਡ। ਫਿਰ ਜਿਹੜੀ ਸਾਈਡ ਆਪਾਂ ਪਹਿਲਾਂ ਤਵੇ 'ਤੇ ਪਾਉਣੀ ਹੈ ਉਸ ਸਾਈਡ 'ਤੇ ਫਿਰ ਅਸੀਂ ਮੱਖਣ ਲਗਾ ਲਵਾਂਗੇ, ਅਤੇ ਸੈਕਿੰਡ ਸਾਈਡ 'ਤੇ ਮੱਖਣ ਆਪਾਂ ਜਦੋਂ ਆਪਾਂ ਤਵੇ 'ਤੇ ਪਾਵਾਂਗੇ ਉਦੋਂ ਲਗਾਵਾਂਗੇ। ਇੱਕ ਇੱਕ ਮਿੰਟ ਦੋਵਾਂ ਪਾਸੇ ਸੇਕ ਲਾਂਗੇ ਫਸਟ ਟਾਈਮ, ਐਂਡ ਫਿਰ ਅਸੀਂ ਫਲਿੱਪ ਕਰਕੇ ਇੱਕ ਇੱਕ ਮਿੰਟ ਦੁਬਾਰਾ ਦੋਵਾਂ ਸਾਈਡ ਸੇਕ ਲਵਾਂਗੇ। ਫਿਰ ਅੰਦਰੋਂ ਵੀ ਵੈਜੀਜ਼ ਸਾਡੀਆਂ ਪੂਰੀ ਤਰ੍ਹਾਂ ਨਾਲ ਸੌਟੇ ਕਾਈਂਡ ਹੋ ਜਾਊਗੀਆਂ, ਅਤੇ ਬਾਹਰੋਂ ਵੀ ਬ੍ਰੈਡ ਇਜ਼ ਕ੍ਰਿਸਪੀ। ਗਰਮਾ ਗਰਮ ਸੈਂਡਵਿਚ ਚਾਹ ਕੌਫੀ ਨਾਲ ਸਰਵ ਕਰੋ, ਇੰਜੋਏ ਕਰੋ, ਐਂਡ ਇਟ ਇਜ਼ ਹੈਲਦੀ ਸੈਂਡਵਿਚ। ਥੈਂਕ ਯੂ ਸੋ ਮੱਚ, ਐਂਡ ਪਲੀਜ਼ ਸਬਸਕ੍ਰਾਈਬ ਟੂ ਮਾਈ ਚੈਨਲ, ਐਂਡ ਪਲੀਜ਼ ਲਾਈਕ ਸ਼ੇਅਰ। ਐਂਡ ਹੁਣ ਅਸੀਂ ਟਰਾਈ ਕਰਕੇ ਦੇਖਾਂਗੇ।